ਕਿਸੇ ਦੇ ਮੈਂ ਆਖਦਾ ਨਾ ਜਾਨਵਰ ਵਫਾਦਾਰ ਹਨ ਕਿ ਆਪਣੇ ਖਸਮ ਨੂੰ ਸੁੰਘ ਕੇ ਉਹਨੂੰ ਭੌਂਕਦੇ ਨਹੀਂ, ਉਹਦੇ ਅੱਗੇ ਬੋਲਦੇ ਨਹੀਂ। ਕੁੱਤਾ ਇੰਨਾ ਵਫ਼ਾਦਾਰ ਜਾਨਵਰ ਹੈ ਕਿ ਉਹਦਾ ਮਾਲਕ ਘਰ ਆਵੇ ਤਾਂ ਅੱਗੋਂ ਬਿਲਕੁਲ ਨਹੀਂ ਕੂਵੇਗਾ, ਉਹਦੇ ਲਾਗੇ ਜਾ ਕੇ ਸੁੰਘ ਕੇ ਪਿੱਛੇ ਹਟ ਜਾਏਗਾ। ਖੁਸ਼ਬੇ ਤਾਂ ਉਹਨੂੰ ਪਿਆਰ ਕਰਨ ਲੱਗ ਪਏ, ਉਹਨਾਂ ਨੂੰ ਮੂੰਹ ਨੂੰ ਮਾਰਨ ਲੱਗ ਪਏ, ਪੂਛਣ ਲਾਉਣ ਲੱਗ ਪਏ, ਉਹਦੇ ਅੱਗੇ ਲੰਮੇ ਪੈਣ ਲੱਗ ਪਏ ਕਿ ਮੇਰਾ ਮਾਲਕ ਘਰ ਆਇਆ। ਅਗਰ ਕੋਈ ਗੈਰ ਆਦਮੀ ਘਰ ਆਵੇ ਤਾਂ ਸ਼ਾਇਦ ਉਹ ਉਹਨੂੰ ਭੌਂਕਣ ਲੱਗ ਪਵੇ। ਤੁਸੀਂ ਆਪਣੇ ਮਾਲਕ ਦੀ ਵੀ ਜਿਹੜੀ ਸੁਗੰਧੀ ਉਹਨੂੰ ਵੀ ਨਹੀਂ ਪਹਿਚਾਣਦੇ। ਆਪਣੀਆਂ ਕਾਇਰਤਾ, ਆਪਣੀਆਂ ਮਤਲਬ ਪ੍ਰਸਤੀਆਂ ਚੀਜ਼ਾਂ ਨੂੰ ਲੈ ਕੇ ਤੁਸੀਂ ਉਹਦੇ ਅੱਗੇ ਵੀ ਬੋਲਣ ਲੱਗ ਪੈਂਦੇ ਹੋ। ਝੂਠ ਨੂੰ ਜਾਣਦੇ ਹੋਏ ਵੀ ਤੁਸੀਂ ਦਬਾਵਣ ਲਈ ਤੁਸੀਂ ਖਸਮ ਨਾਲ ਲੜ ਪੈਂਦੇ ਆ, ਤਾਂ ਉਹ ਖਸਮ ਤੁਹਾਡਾ ਇੱਕੋ ਹੀ ਹੈ, ਉਹ ਹੈ ਮਾਲਕ ਰੱਬ। ਉਹਨੂੰ ਵੀ ਕਹਿਣ ਲੱਗ ਪੈਂਦੇ ਹੋ ਕੀ ਕੀਤਾ ਮੇਰੇ ਵਾਸਤੇ, ਕੀ ਕਰੇਗਾ, ਮੈਂ ਆਪ ਕਰਦਾ। ਜੇ ਤੁਹਾਡਾ ਕੋਈ ਮਾਲਕ ਜਿਹਨੂੰ ਤੁਸੀਂ ਦੂਸਰੇ ਰੂਪ 'ਚ ਆਪਣਾ ਮੁਰਸ਼ਦ ਵੀ ਆਖ ਦਿਓ, ਗੁਰੂ ਵੀ ਆਖ ਦਿਓ, ਜਾਂ ਆਪਣਾ ਕੋਈ ਮਾਲਕ ਉਹਨੂੰ ਆਖਦੇ ਹੋ, ਤੁਸੀਂ ਉਹਦੇ ਨਾਲ ਵੀ ਆਪਣੀ ਉਸ ਦਿਨ ਤਕਰਾਰਬਾਜ਼ੀ ਕਰਦੇ ਹਾਂ ਜਿਹੜੀ ਸਿਰਫ ਤੁਹਾਡੀ ਭਾਵਨਾ ਦੇ ਨਾਲ ਅਟੈਚ ਹੁੰਦੀ ਹੈ, ਜਿਹੜੀ ਚੀਜ਼ ਤੁਹਾਨੂੰ ਰਹਿੰਦੀ ਹੈ। ਅਗਰ ਉਹ ਤੁਹਾਨੂੰ ਨਹੀਂ ਮਿਲਦੀ, ਤੁਹਾਨੂੰ ਚੈਨ ਨਹੀਂ ਹੁੰਦਾ, ਤੁਹਾਡਾ ਖਲੋਣ ਬਹਿਣ ਨੂੰ ਨਹੀਂ, ਇਹ ਹੈ ਕਿਰਤਕ ਕਰਮ ਕਮਾਵਣਾ, ਕਿਰਤ ਦੇ ਕਰਮ, ਕਿਰਤ ਕਰਨੀ। ਹੁਣ ਤੁਸੀਂ ਕਦੀ ਕਿਰਤ ਕਰੋ ਨਾ ਭਗਤੀ ਕਰੋ ਨਾ ਉਹਦੀ ਪੂਜਾ ਕਰੋ ਨਾ ਉਹਨੂੰ ਦਾਨ ਦਿਓ ਅਤੇ ਨਾ ਹੀ ਤੁਸੀਂ ਉਹਨੂੰ ਕੋਈ ਹੋਰ ਚੀਜ਼ ਦੇਣ ਦੀ ਕੋਸ਼ਿਸ਼ ਕਰੋ। ਜੇ ਤੁਸੀਂ ਕੁਝ ਵੀ ਦੇਣਾ ਚਾਹੁੰਦੇ ਹੋ ਉਹਨੂੰ ਤਾਂ ਆਪ ਨੇਕ ਬਣ ਜਾਓ।